अस्सलामुअलैकुम वरहमतुल्लाहि वबरकातुहू। हाँ जी व्यूअर्स, की हाल चाल है? ठीक ठाक हो? अज का मेरा विलॉग हैगा वा कि ना इतों लैके पिंडो लैके तो बूटेरी चाल तक का। मैं उत्थे जाना सी खोया लैके, तो खोए की सप्लाई देनी सी उत्थे। मैं कहना थोड़ा ना छोटा जिहा एक विलॉग शेयर कर लीए। तो इस तो पहले अगर नवे आने वाले भरावान वास्ते रिक्वेस्ट है कि जो मेरे चैनल पर नवे आएंगे वो मेरे चैनल में सबसक्राइब लाइक और कमेंट जरूर करना और दसना कि मेरा ब्लॉग कैसा बनया। तो चलो आओ जी, मैं तुम्हें दिखाना वा कि लैके जाना वा आप उत्थे, कितनी देर च पहुँचांगे ये तुम तुड़ना रास्ते डिस्कस करते जाएंगे। तो बाकी चलो चलिए आप देखते हैं। बाकी तो बेसिकली मेरा है वा काम ऑनलाइन का काम है वा ड्रैस वगैरह का। तो उस अलावा तो वेले टाइम वास्ते चलो ये है कि खोया खोया लैके तो फिर दुकाना दुकाना से सप्लाई कर दी दवा। तो फिर अब मैं उत्थे चला सी, मैं चलो थोड़े ना भी एक छोटा जा विलॉग शेयर हो जाए। जी भरावो, हूँ मैं चला वा खोया लैके बूटे की चालते। तो बाकी रस्ते में कुछ ब्लॉग बनावे, तो बाकी कुछ उसे जाके बनावे। चले फिर चलिए। देखो साढ़े पिंडों निकल के पहला स्टाप जो होंगे है वा वह है वा चक्कू मोड़। ए चक्कू मोड़ पहुँच गया वा, तो यह है वा लाहौर रोड। आज जिधरों गड्डी आ रही ना कार आ रही है लाहौर रोड है, तो यह जा रहा जड़ारे रोड। आप जाना वा जड़ारे रोड से, अगे फिर जाएंगे सतराने रोड से। यह छोटा जहा स्टाप है चक्कू मोड़, अड्डा कह लो स्टाप कह लो जो भी कह लो इनू।
ਨਾਲ ਮੇਰੇ ਛੋਟਾ ਭਤੀਜਾ ਸੀ ਅੱਜ ਰੋਜ਼ਾ ਰੱਖਿਆ ਹੈਗਾ ਸੀ ਇਹਨੇ ਵੀ ਅਤੇ ਮੈਨੂੰ ਕਹਿੰਦਾ ਚਾਚੂ ਕਿ ਅੱਜ ਐਤਵਾਰ ਹੈਗੀ ਹੈ ਅਤੇ ਮੇਰਾ ਘਰ ਦਿਲ ਨਹੀਂ ਲੱਗਣਾ ਛੁੱਟੀ ਮੈਂ ਸਕੂਲੇ ਨਹੀਂ ਕਰ ਮੈਨੂੰ ਵੀ ਅੱਜ ਨਾਲ ਲੈ ਕੇ ਜਾਣਾ ਅਤੇ ਅੱਜ ਇਹ ਵੀ ਮੇਰੇ ਨਾਲ ਹੀ ਹੈ ਮੇਰਾ ਭਤੀਜਾ ਹੈ ਦੇਖੋ ਅਤੇ ਹੁਣ ਅਸੀਂ ਜਾ ਰਹੇ ਹਾਂ ਮੂਜੇ ਦੀ ਝਾਲ 'ਤੇ ਬਾਕੀ ਅਗਲਾ ਵਲੋਗ ਹੋਏਗਾ ਉੱਥੇ ਜਾ ਕੇ ਜਾ ਰਿਹਾ ਫੈਸਲਾਬਾਦ ਰੋਡ ਇੱਧਰੋਂ ਫੈਸਲਾਬਾਦ ਅਤੇ ਇਹ ਜਾਣਾ ਸਤਿਆਣੇ ਇਹ ਸਤਿਆਣਾ ਰੋਡ ਆ ਗਿਆ ਪਹਿਲੇ ਜਿਹੜਾ ਇਹ ਰੋਡ ਬਣਿਆ ਹੋਇਆ ਸੀ ਨਾ ਇਹ ਤਕਰੀਬਨ ਨਾ 6 ਮਹੀਨੇ ਹੋ ਗਿਆ ਬਣ ਕੇ ਰੋਡ ਬਣਿਆ ਵਾ ਪਹਿਲੇ ਰੋਡ ਬਹੁਤ ਬੁਰਾ ਹੈਗਾ ਸੀ ਖੱਡੇ ਜੰਮ ਜੋ ਜਹਾਨ ਦਾ ਇੱਥੇ ਮਾਰ ਸ਼ਮਾਰ ਹੁੰਦਾ ਸੀ ਪਾਣੀ ਖੜਾ ਹੋ ਜਾਣਾ ਬਾਰਿਸ਼ਾਂ ਦਾ ਗੱਡੀ ਕੋਈ ਨਾ ਇੱਧਰ ਨੂੰ ਜਾਣੀ ਜ਼ਿਆਦਾਤਰ ਉਹਨਾਂ ਗੱਡੀਆਂ ਨੇ ਜਾਣਾ ਜਿਹਨਾਂ ਨੂੰ ਮਜਬੂਰੀ ਹੁੰਦੀ ਸੀ ਕਿਉਂਕਿ ਰੋਡ ਬਹੁਤ ਖਰਾਬ ਹੈਗਾ ਸੀ ਇਹ ਰੋਡ ਘੱਟੋ ਘੱਟ ਤਕਰੀਬਨ ਨਾ 7 ਤੋਂ 8 ਸਾਲ ਤੱਕ ਰੋਡ ਖਰਾਬ ਰਿਹਾ ਹੈ ਇਹ ਰੋਡ ਨੂੰ ਕਿਸੇ ਨੇ ਬਣਾਇਆ ਨਹੀਂ ਸੀ ਤਕਰੀਬਨ 6 ਮਹੀਨੇ ਹੋ ਗਿਆ ਉਹਨਾਂ ਨੂੰ ਹਦਾਇਤ ਦਿੱਤੀ ਅੱਲਾ ਪਾਕ ਨੇ ਇੱਧਰ ਵਾਲੇ ਰੋਡ ਬਣਾ ਦਿੱਤਾ ਹੁਣ ਰੋਡ ਬਿਲਕੁਲ ਸਾਫ਼ ਮਾਸ਼ਾਅੱਲਾ ਬਿਲਕੁਲ ਅੱਛਾ ਹੈਗਾ ਹੁਣ ਤਕਰੀਬਨ ਬੂਟੇ ਦੀ ਝਾਲ ਦਾ ਇੱਥੇ ਸਫ਼ਰ 15 ਮਿੰਟ ਦਾ ਬਣਦਾ ਹੈਗਾ ਵਾ ਪਹਿਲੇ ਅੱਗੇ ਨਹੀਂ ਤਾਂ 1.5 ਘੰਟਾ 1.5 ਘੰਟਾ ਲੱਗ ਜਾਂਦਾ ਜਦੋਂ ਜਾਣਾ ਹੁੰਦਾ ਹੁਣ ਰੋਡ ਸਾਫ਼ ਹੈਗਾ ਹੁਣ ਆਪਾਂ ਦਸਤੀ ਇਨਸ਼ਾਅੱਲਾ ਪਹੁੰਚ ਜਾਣਾ ਜਿਹੜੇ ਦਰਖਤ ਨਜ਼ਰ ਆ ਰਹੇ ਨੇ ਇਹ ਸਾਰੇ ਜੰਮੂਆਂ ਦੇ ਦਰਖਤ ਹੈਗੇ ਜਾਮਲੂ ਦਾ ਦਰਖਤ ਹੈ ਸਾਰਾ ਯਾਨੀ ਕਿ ਪੂਰੀ ਗਰਮੀਆਂ ਲੋਕ ਇੱਥੇ ਜਾਮਲੂ ਤੋੜ ਤੋੜ ਕੇ ਆਪਣੇ ਸੇਲ ਕਰਦੇ ਨੇ ਅਤੇ ਬਾਕੀ ਆਉਣ ਜਾਣ ਵਾਲੇ ਵਾਸਤੇ ਵੀ ਬੜੀ ਮੌਜ ਹੈਗੀ ਜਿਸ ਤਰ੍ਹਾਂ ਮਰਜ਼ੀ ਇੱਥੇ ਲੋਕ ਜੰਮੂ ਖਾਣ ਜੋ ਮਰਜ਼ੀ ਕਰਨ ਕੋਈ ਪੁੱਛ ਪ੍ਰਤੀਤ ਨਹੀਂ ਹੈ ਇੱਥੇ ਝਾਲ 'ਤੇ ਇੱਥੇ ਹੁਣ ਥੋੜ੍ਹੀ ਦੇਰ ਦਾ ਵਲੋਗ ਸ਼ੂਟ ਹੋਏਗਾ ਅਸੀਂ ਇੱਥੇ ਦੇ ਲਿਆ ਖੋਇਆ ਹੁਣ ਖੋਇਆ ਦੇਖ ਕੇ ਅਸੀਂ ਜਾਵਾਂਗੇ ਅੱਗੇ ਦੁਕਾਨ 'ਤੇ ਜਾ ਕੇ ਮਾਲਕ ਕੋਲੋਂ ਜਿਹੜੇ ਦੁਕਾਨ ਦਾ ਮਾਲਕ ਉਹਨਾਂ ਕੋਲ ਜਾ ਕੇ ਪੇਮੈਂਟ ਲਵਾਂਗੇ ਪੇਮੈਂਟ ਲੈ ਕੇ ਫਿਰ ਵਾਪਸੀ ਦਾ ਸਫ਼ਰ ਹੋਏਗਾ ਅਤੇ ਵਲੋਗ ਅੱਜ ਦਾ ਵਲੋਗ ਆਪਾਂ ਥੋੜ੍ਹੀ ਦੇਰ ਹੋਰ ਵਲੋਗ ਬਣਾਉਣਾ ਵਾ ਉਸ ਬਾਅਦ ਇੱਥੇ ਖਤਮ ਕਰ ਦਾਂਗੇ ਅਤੇ ਨੈਕਸਟ ਵਲੋਗ ਨਾਲ ਫਿਰ ਆਪਾਂ ਮਿਲਾਂਗੇ ਇਹ ਜੀ ਮੇਰਾ ਭਤੀਜਾ ਜੀ ਮੇਰੇ ਨਾਲ ਹੈ ਜੀ ਅੱਜ ਸਪੈਸ਼ਲ ਵਲੋਗ ਬਣਾਉਣ ਵਾਸਤੇ ਅਤੇ ਜੀ ਵਿਊਅਰ ਅੱਜ ਮੈਂ ਆਪਣੇ ਚਾਚੂ ਨਾਲ ਆਇਆ ਸੀ ਤੋ ਮੈਂ ਸਕੂਲੋਂ ਛੁੱਟੀ ਸੀ ਅਤੇ ਮੇਰਾ ਰੋਜ਼ਾ ਸੀ ਅਤੇ ਮੇਰਾ ਦਿਲ ਨਹੀਂ ਲੱਗਣ ਦਿਆ ਸੀ ਮੈਂ ਕਿਹਾ ਚਾਚੂ ਨਾਲ ਚੜ੍ਹ ਜਾਂਦਾ ਵਲੋਗ ਬਣਾ ਅਤੇ ਮੈਂ ਫਿਰ ਅੱਜ ਆਇਆ ਚਾਚੂ ਨਾਲ ਆਪਣੇ ਨਾਲ ਵਲੋਗ ਬਣਾ ਚਲੇ ਠੀਕ ਹੈ ਫਿਰ ਹਮ ਜਾਤੇ ਹੈ ਆਗੇ ਦੁਕਾਨ ਪੇ ਤੋ ਵਹਾਂ ਪੇ ਕਿ ਥੋੜ੍ਹਾ ਬਹੁਤਾ ਵਲੋਗ ਹੋਗਾ ਵਲੋਗ ਬਣਾ ਕਰ ਫਿਰ ਹਾਂਜੀ ਵੀਵਰ ਜਿਹਾ ਦੇਖੋ ਹੁਣ ਇੱਥੇ ਆ ਗਏ ਅਸੀਂ ਦੁਕਾਨ 'ਤੇ ਅਤੇ ਦੁਕਾਨ 'ਤੇ ਅਤੇ ਖੋਇਆ ਦਿੱਤਾ ਹੈਗਾ ਵਾ ਖੋਇਆ ਦੇ ਕੇ ਅਤੇ ਇੱਥੇ ਹੁਣ ਅੰਦਰ ਤੁਹਾਨੂੰ ਦੁਕਾਨੇ ਜਾ ਕੇ ਜਿਹੜੀਆਂ ਜਿਹੜੀਆਂ ਆਈਟਮਾਂ ਬਣਦੀਆਂ ਨੇ ਖੋਏ ਦੀਆਂ ਮਾਸ਼ਾਅੱਲਾ ਬੜੀਆਂ ਅੱਛੀਆਂ ਆਈਟਮਾਂ ਬਣਦੀਆਂ ਨੇ ਇੱਥੇ ਖਾਸ ਕਰਕੇ ਅਤੇ ਤੁਹਾਨੂੰ ਦੁਕਾਨੇ ਅੰਦਰ ਜਾ ਕੇ ਆਇਓ
ਇੱਥੇ ਦੁਕਾਨ 'ਤੇ ਆ ਗਿਆ ਵਾਂ ਅਤੇ ਇੱਥੇ ਆਪਾਂ ਖੋਇਆ ਦਿੱਤਾ ਹੈਗਾ ਵਾ। ਖੋਇਆ ਦੇ ਕੇ ਅਤੇ ਮਾਸ਼ਾਅੱਲਾ ਦੇਖੋ ਪਿੱਛੇ ਵੀ ਚੀਜ਼ਾਂ ਲੱਗੀਆਂ ਹੋਈਆਂ ਨੇ, ਸਾਰੀਆਂ ਆਪਣੇ ਖੋਏ ਦੀਆਂ ਬਣਦੀਆਂ ਹੋਈਆਂ ਨੇ। ਖਾਸ ਕਰਕੇ ਇੱਥੋਂ ਦੀ ਕਲਾਕੰਦ ਅਤੇ ਗੁਲਾਬ ਜਾਮਣ ਬੜੇ ਬੈਸਟ, ਬੜੇ VIP ਹੁੰਦੇ ਨੇ ਅਤੇ ਮਕੂਲ ਰੇਟ ਹੁੰਦਾ, ਜ਼ਿਆਦਾ ਰੇਟ ਨਹੀਂ ਹੈਗਾ ਇਸ ਦੁਕਾਨ ਦਾ। ਅਤੇ ਚੀਜ਼ ਅੱਛੀ ਹੈਗੀ, ਕੁਆਲਿਟੀ ਵਾਈਜ਼ ਹੈਗੀ ਹੈ, ਕੁਆਲਿਟੀ ਵਾਈਜ਼ ਚੀਜ਼ ਹੈਗੀ ਹੈ। ਅਤੇ ਮੈਂ ਤੁਹਾਨੂੰ ਚੈੱਕ ਕਰਵਾਉਂਦਾ ਵਾਂ ਇੱਧਰ ਆਓ। ਯਾਰ ਨੂੰ ਸ਼ਾਦੀ ਜਾਂ ਕੋਈ ਤਕਰੀਬ ਵਾਸਤੇ ਇੱਥੋਂ ਦੀ ਕੋਈ ਮਠਿਆਈ ਚਾਹੀਦੀ ਹੋਵੇ ਤਾਂ ਫਿਰ ਰਾਬਤਾ ਕਰ ਸਕਦੇ ਨੇ। ਹਰ ਕਿਸਮ ਦੀ ਇੱਥੇ ਮਠਿਆਈ ਅਵੇਲੇਬਲ ਹੁੰਦੀ ਆ, ਬਾਕੀ ਬੇਕਰੀ ਦਾ ਸਮਾਨ ਵੀ ਸਾਰਾ ਇੱਥੇ ਅਵੇਲੇਬਲ ਆ, ਅੱਛੀ ਪ੍ਰਾਈਸ 'ਤੇ ਹੈਗਾ, ਕੋਈ ਇੰਨਾ ਰੇਟ ਨਹੀਂ ਹੈਗਾ ਦੂਸਰੇ ਦੁਕਾਨਾਂ ਤਰ੍ਹਾਂ। ਚੀਜ਼ ਅੱਛੀ ਹੈਗੀ, ਕੁਆਲਿਟੀ ਵਾਈਜ਼ ਹੈਗੀ ਆ, ਨਜ਼ਰ ਆ ਰਹੀ ਹੈ। ਹਾਂਜੀ ਵੀਵਰਸ, ਅਤੇ ਫਿਰ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਅਤੇ ਅਗਲੇ ਨੈਕਸਟ ਵਲੋਗ ਨਾਲ ਤੁਹਾਡੇ ਨਾਲ ਮਿਲਾਂਗੇ, ਕੋਈ ਅੱਛਾ ਵਲੋਗ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਅਗਰ ਤਾਂ ਤੁਹਾਨੂੰ ਸਾਡਾ ਵਲੋਗ ਅੱਛਾ ਲੱਗੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡਾ ਇਹ ਵਲੋਗ ਕੈਸਾ ਬਣਿਆ ਹੈਗਾ ਵਾ। ਅਤੇ ਦੁਆਵਾਂ ਵਿੱਚ ਯਾਦ ਰੱਖਣਾ, ਤੁਹਾਨੂੰ ਵੀ ਅਸੀਂ ਦੁਆਵਾਂ ਵਿੱਚ ਯਾਦ ਰੱਖਾਂਗੇ। ਅੱਲਾ ਹਾਫਿਜ਼।